SMI present. ਸ਼ਗਨਾਂ ਦਾ ਚੂੜਾ ਸਜਾ ਕੇ ਆਪਣੇ ਦਿਲ ਵਿੱਚ ਨਵੇਂ ਨਵੇਂ ਚਾਅ ਕੁਆਰੀਆਂ ਰੀਝਾਂ ਸੱਜਰੇ ਸੁਪਨੇ ਸਮੋਈ ਬੈਠੀ ਹੈ। ਆਲੇ ਦੁਆਲੇ ਕੁੜੀਆਂ ਸਖੀਆਂ ਸਹੇਲੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ। ਸਾਡੇ ਨਵੇਂ ਸੱਜਣ ਘਰ ਆਏ, ਵੱਜ ਰਹੀਆਂ ਬੰਸਰੀਆਂ। ਉੱਧਰ ਧਰਮਸ਼ਾਲਾ ਵਿੱਚ ਉੱਠ ਕੇ ਲਾੜਾ ਸਣੇ ਬਰਾਤੀ ਸ਼ਾਨਦਾਰ ਪੰਡਾਲ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਗੁਲਾਬ ਜਾਮਣਾਂ ਚਾਹ ਦੇ ਨਾਲ ਪਕੌੜੇ ਖਾ ਰਹੇ ਸੀ। ਤੀਜੇ ਬੰਨੇ ਲਾੜੇ ਚਮਕੌਰ ਸਿੰਘ ਦੀ ਲਾਲਚੀ ਮਾਂ ਅਤਰੋ ਵਿਹੋਰੀ ਕੁੜੀ ਦੇ ਪਿਤਾ ਕੋਲੋਂ ਲਾਵਾਂ ਲੈਣ ਤੋਂ ਪਹਿਲਾਂ 5 ਲੱਖ ਨਗਦ ਅਤੇ ਲਾੜੇ ਮੁੰਡੇ ਦੀ ਪੜ੍ਹਾਈ ਦਾ ਖਰਚਾ ਇਸ ਤਰ੍ਹਾਂ ਮੰਗ ਰਹੀ ਸੀ। ਵੇ ਕਿੱਥੇ ਹੈ ਵੇ ਵਿਚੋਲਾ, ਕਹੇ ਜੇ ਨੰਗਾ ਨਾਲ ਬਾਪ ਵਾਇਆ, ਕੱਲਾ ਕੱਲਾ ਪੁੱਤਾ ਮੇਰਾ ਮੁਰੱਬਿਆਂ ਦਾ ਮਾਲਕ। ਕੀ ਗੱਲ ਹੋ ਗਈ ਸਰਦਾਰਨੀ ਜੀ, ਹੌਲੀ ਬੋਲੋ। ਵੇ ਕੰਨ ਖੋਲ ਕੇ ਸੁਣ ਲੈ, ਸਾਨੂੰ 5 ਲੱਖ ਰੁਪਈਆ ਚਾਹੀਦਾ। 5 ਲੱਖ ਰੁਪਈਆ? ਇੰਨੀ ਤਾਂ ਟੀਕਰੀ ਇਕੱਠੀ ਨਹੀਂ ਹੁੰਦੀ ਸਰਦਾਰਨੀ ਜੀ। ਪਹਿਲਾਂ ਤੁਸੀਂ ਕਿਹਾ ਸੀ ਕਿ ਕੁੜੀ ਸੋਹਣੀ ਹੋਣੀ ਚਾਹੀਦੀ ਹੈ। ਬੇ ਸੋਹਣੀ ਕੁੜੀ ਕੀ ਅਸੀਂ ਚਟਣੀ ਹੈ, ਸਾਡਾ ਤਾਂ ਸਰੀਕੇ 'ਚ ਨੱਕ ਨਹੀਂ ਰਹਿਣਾ। ਬੇ ਨਾਲੇ ਗੱਲ ਸੁਣ ਲੈ, ਜੇ ਤਾਂ ਨੰਦਾ ਤੋਂ ਪਹਿਲਾਂ 5 ਲੱਖ ਦਾ ਇੰਤਜ਼ਾਮ ਕਰ ਸਕਦੇ ਤਾਂ ਕਰੋ, ਨਹੀਂ ਬਰਾਤ ਚੱਲੀ ਆ ਵਾਪਸ। ਐ ਜ਼ੁਲਮ ਨਾ ਕਰੋ ਪੁੱਤਾਂ ਵਾਲਿਓ, ਜੇ ਬਰਾਤ ਵਾਪਸ ਚਲੀ ਗਈ ਤਾਂ ਮੇਰੀ ਧੀ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ, ਰਹਿਮ ਕਰੋ ਸਰਦਾਰਨੀ ਜੀ, ਰਹਿਮ ਕਰੋ। ਲੋ ਕਿਵੇਂ ਧੰਦਰੇ ਲਾਉਂਦਾ। ਬੇ ਤੇਰੇ ਹੰਝੂਆਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣਾ। ਵੇ ਅਤਰੋ ਦੇ ਫੈਸਲੇ ਹਮੇਸ਼ਾ ਅਟਲ ਹੁੰਦੇ ਨੇ, ਜੇ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਤਾਂ ਕਰੋ, ਨਹੀਂ ਬਰਾਤ ਵਾਪਸ ਚੱਲੀ ਹੈ।
ਲੱਖ ਦੀ ਨਗਦ ਡਿਮਾਂਡ ਸੁਣ ਕੇ ਬੁੱਢਾ ਬਾਪੂ ਅੰਦਰ ਵੜ ਕੇ ਰੋਣ ਲੱਗਾ। ਚਿੱਟੀ ਚਾਂਦੀ ਵਰਗੀ ਸਾਊ ਦਾੜੀ ਨੂੰ ਵਗਦੇ ਅੱਖਾਂ ਦੇ ਹੰਝੂਆਂ ਨਾਲ ਧੋਣ ਲੱਗਾ। ਕੋਠੇ ਜਿੱਡੀ ਧੀ ਦੇ ਡੂੰਘੇ ਦਰਦ ਤਾਈ ਕੱਲੇ ਕੱਲੇ ਦੁੱਖ ਦੀ ਲੜੀ ਪਰਾਉਣ ਲੱਗਾ। ਸਿਵੀਆ ਸਾਹ ਸੁੱਕਿਆ ਹੌਂਕਿਆ ਹਾਵਿਆਂ ਵਿੱਚ ਢੋਏ ਗਮਾਂ ਦੇ ਗਮ ਬਸ ਢੋਣ ਲੱਗਾ। ਇੰਨੇ ਕਠੋਰ ਨਾ ਬਣੋ ਸਰਦਾਰਨੀ ਜੀ, ਤੁਸੀਂ ਵੀ ਤਾਂ ਇੱਕ ਔਰਤ ਹੋ ਤੇ ਔਰਤ ਹੀ ਔਰਤ ਦਾ ਦਰਦ ਪਛਾਣਦੀ ਹੈ। ਰਹਿਮ ਕਰੋ ਰਹਿਮ, ਮੇਰੇ ਸਿਰ ਤੇ ਉਹਨੇ ਵਾਲ ਨਹੀਂ ਜਿੰਨਾ ਕਰਜ਼ਾ। ਵੇ ਜਿਵੇਂ ਵਾਲ ਲੈ ਜਾਣਗੇ ਉਵੇਂ ਕਰਜ਼ਾ ਵੀ ਲੈ ਜੂ, ਜੇ ਯਾਰੀਆਂ ਉੱਠਾਂ ਨਾ ਲਾਈਏ ਤਾਂ ਵਾਰ ਭੀੜੇ ਨਹੀਂ ਰੱਖੀ ਦੇ। ਮੈਂ ਤੁਹਾਡੇ ਅੱਗੇ ਹੱਥ ਜੋੜਦਾ, ਆਪਣੀ ਪੱਗ ਤੁਹਾਡੇ ਪੈਰੀ ਧਰਦਾ। ਵੇ ਪੱਗਾਂ ਤਾਂ ਹਮੇਸ਼ਾ ਰਾਜੇ ਮਹਾਰਾਜਿਆਂ ਦੇ ਸਿਰ ਤੇ ਸੁਣਦੀਆਂ ਨੇ, ਤੇਰੇ ਵਰਗੇ ਨੰਗਾਂ ਦੇ ਟੁੱਟਣਾ ਤੇ ਨਹੀਂ। ਸਰਦਾਰਨੀ ਜੀ ਰਹਿਮ ਕਰੋ ਰਹਿਮ, ਹੁਣ ਮੇਰੀ ਲਾਜ ਤੁਹਾਡੇ ਹੱਥ। ਹੱਥ ਲਾ ਦੇ।
ਪਤੀ ਨੂੰ ਆ ਕੇ ਧੀਰ ਦਿੱਤੀ, ਆਖਿਆ ਚੰਨੀ ਦੇ ਪਾਪਾ ਆਪਣੇ ਤੇ ਪਹਿਲਾਂ ਹੀ ਟੁੱਕ ਖਾਂਦਿਆਂ ਤੇ ਸ਼ਰੀਕ ਮੱਚਦੇ ਹਨ, ਔਰ ਮਾਪੇ ਆਪਣੀ ਔਲਾਦ ਲਈ ਕੀ ਨਹੀਂ ਕਰਦੇ, ਜਾਂ 3 ਕਿੱਲੇ ਜ਼ਮੀਨ ਬਹਿ ਕਰਕੇ ਆਪਣੀ ਧੀ ਨੂੰ ਬਾਹਰੋਂ ਉਠਾ, ਜੇ ਅੱਜ ਧੀ ਦਾ ਡੋਲਾ ਬੂਹੇ ਤੋਂ ਨਾ ਉੱਠਿਆ ਸਾਰੀ ਉਮਰ ਕਲੰਕ ਨਹੀਂ ਲੈਣਾ, ਦੰਦਾਂ ਥੱਲੇ ਜੀਵ ਲੈ ਕੇ ਕੌੜਾ ਘੁੱਟ ਭਰ ਕੇ ਧੀ ਨੂੰ ਬਾਹਰੋਂ ਉਠਾ। ਪਤਨੀ ਪਤੀ ਨੂੰ ਇੰਜ ਆਖ ਰਹੀ ਸੀ। ਕੀ ਗੱਲ ਹੋ ਗਈ ਚੰਨੂ ਦੇ ਬਾਪੂ, ਤੇਰੀਆਂ ਅੱਖਾਂ ਚੱਥਰੂ, ਮੈਂ ਸਮਝ ਗਈ ਹਾਂ, ਪਤਾ ਨਹੀਂ ਚੰਦਰੀਆਂ ਕਿਹੋ ਜਿਹੇ ਲੇਖ ਲਿਖਵਾ ਕੇ ਲਿਆਉਂਦੀਆਂ ਨੇ, ਜਦੋਂ ਜੰਮੀ ਸੀ ਤਾਂ ਰੋਏ, ਜਦੋਂ ਜਵਾਨ ਹੋਈ ਇਹਦੇ ਫਿਕਰਾਂ ਨੇ ਕਾਲਿਆਂ ਤੋਂ ਚਿੱਟੇ ਕਰ ਦਿੱਤੇ। ਵੇ ਰੱਬਾ, ਲੱਗਦਾ ਤੇਰੇ ਕੋਈ ਧੀ ਨਹੀਂ ਹੈਗੀ, ਤਾਂ ਹੀ ਤਾਂ ਬਿਨਾਂ ਸੋਚੇ ਸਮਝੇ ਧੀਆਂ ਦੇ ਲੇਖ ਲਿਖ ਦਿੰਦਾ। ਨੋ ਦੀ ਮਾਂ, ਥੋੜੇ ਨੀ ਕਾਣੇ ਨੀ 5 ਲੱਖ ਮੰਗਿਆ। ਇਸ ਦਾਸ ਦੇ ਚੰਦਰੇ ਰਿਵਾਜ ਨੇ ਲੱਖਾਂ ਧੀਆਂ ਦੀ ਬਲੀ ਲੈ ਲਈ। ਕਿਤੇ ਮੇਰੀ ਚੰਨੋ, ਨਹੀਂ ਨਹੀਂ, ਮੈਂ ਨਹੀਂ ਹੋਣ ਦਿਆਂਗੀ, ਤੁਹਾਨੂੰ ਪੈਸਿਆਂ ਦਾ ਇੰਤਜ਼ਾਮ ਕਰਨਾ ਪਊਗਾ। ਮੈਂ ਆਪਣਾ ਆਪ ਵੇਚ ਦਿਆਂਗਾ ਤੇ ਆਪਣੇ ਪੁੱਤਾਂ ਤੋਂ ਪਿਆਰੀ ਧੀ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣ ਦਊਂਗਾ, ਮੈਂ ਨਹੀਂ ਆਉਣ ਦਊਂਗਾ। ਦੇਖ ਚੰਨੋ ਦੇ ਬਾਪੂ, ਜਿਹੜੀ 3 ਕਿੱਲੇ ਜ਼ਮੀਨ ਹੈ ਨਾ, ਤੂੰ ਉਹਨੂੰ ਵੇਚ ਦੇ, ਤੂੰ ਵੇਚ ਦੇ ਉਹਨੂੰ, ਉਹਨੂੰ ਵੇਚ ਦੇ ਚੰਨੋ ਦੇ ਬਾਪੂ, ਉਹਨੂੰ ਵੇਚ ਦੇ। ਸੋਚਾਂ ਵਿੱਚ ਪੈ ਗਏ ਕਾਤੋਂ ਪਤੀ ਦੇਵ ਜੀ, ਕਾਤੋਂ ਦੇਰ ਕਰ ਦੇ, 3 ਕਿੱਲੇ ਜਿਹੜੀ ਹੈ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ, 3 ਕਿੱਲੇ ਜਿਹੜੀ ਹੈ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ। ਜਰਦੇ
ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਕਿਤੇ ਫੇਰ ਬਣ ਜੂ ਬੇਲਾ ਹੱਥ ਆਉਣਾ ਨੀ ਪੰਜ ਲੱਖ ਪੋਈ ਤੇ ਰੁਪਈਆ ਚੱਕ ਲੈ ਚਿੱਤ ਨੂੰ ਡਲਾਉਣਾ ਨੀ ਪੰਜ ਲੱਖ ਪੋਈ ਤੇ ਰੁਪਈਆ ਚੱਕ ਲੈ ਵੇ ਚਿੱਤ ਨੂੰ ਡਲਾਉਣਾ ਨੀ ਬਾਦ ਘਾਟ ਹੋਈ ਆਲੇ ਨਾਲ ਲੈ ਜਾਵੇ ਕਾਗਜ਼ ਵੀ ਕਰ ਦੇ ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਤਿੰਨ ਕਿੱਲੇ ਜਿਹੜੀ ਐ ਜ਼ਮੀਨ ਆਪਣੀ ਵੇ ਕਿਤੇ ਬੈ ਕਰ ਦੇ ਬਾਪੂ ਦਾ ਮਜਬੂਰੀ ਵਸ ਰੋਣਾ ਸੁਣ ਕੇ ਮਟਿਆਰ ਧੀ ਦਾ ਕਲੇਜਾ ਸੱਲਿਆ ਗਿਆ, ਸੀਨਾ ਪਾਟ ਗਿਆ, ਦਿਮਾਗ ਨੂੰ ਚਕਰਾ ਆ ਗਿਆ, ਨੇਤਰਾਂ ਵਿੱਚ ਲਹੂ ਉਤਰ ਆਇਆ, ਮੱਥੇ 'ਤੇ ਵੱਟ ਪੈ ਗਏ, ਗੁੱਸੇ ਵਿੱਚ ਆਪ ਮੁਹਾਰੇ ਦੰਦ ਕਰੀਚੇ ਗਏ। ਉਸ ਨੇ ਆਪਣੀ ਭਾਬੀ ਨੂੰ ਕੋਲ ਬੁਲਾਇਆ ਅਤੇ ਆਖਿਆ, ਭਾਬੀ ਨਹੀਂ ਭਾਬੀ। ਹਾਂ ਚੰਨੋ, ਕੀ ਗੱਲ ਹੈ? ਮੈਂ ਸਭ ਕੁਛ ਸੁਣ ਲਿਆ ਭਾਬੀ। ਭਾਬੀ ਤੂੰ ਮੈਨੂੰ ਬੜਾ ਪਿਆਰ ਦਿੱਤਾ ਅਤੇ ਮੇਰੀ ਹਰ ਇੱਕ ਖੁਆਇਸ਼ ਪੂਰੀ ਕੀਤੀ। ਅੱਜ ਕੁਛ ਮੰਗਣ ਲੱਗੀ ਹਾਂ ਭਾਬੀ, ਨਾ ਨਾ ਕਰੀ ਭਾਬੀ ਬਣ ਕੇ। ਅੜੀਏ ਮੰਗ ਕੇ ਤਾਂ ਵੇਖ, ਬੋਲ, ਜਾਨ ਚਾਹੀਦੀ ਹੈ ਮੇਰੀ? ਫਿਰ ਐਂ ਕਰ ਭਾਬੀ, ਬਾਪੂ ਦੇ ਸਰਾਣੇ ਜਿਹੜੀ ਰਫਲ ਪਈ ਹੈ ਉਹ ਮੇਰੀ ਦਾਜ ਵਾਲੀ ਪੇਟੀ 'ਚ ਰੱਖ ਦੇ। ਚੰਨੋ, ਤੂੰ ਸਮਾਜ ਦਾ ਮੁਕਾਬਲਾ ਕਰੇਂਗੀ? ਹਾਂ ਭਾਬੀ ਹਾਂ, ਮੈਂ ਸਮਾਜ ਦਾ ਡਟ ਕੇ ਮੁਕਾਬਲਾ ਕਰਾਂਗੀ ਅਤੇ ਦਾਜ ਦੇ ਲੋਭੀਆਂ ਨੂੰ ਅਜਿਹਾ ਸਬਕ ਸਿਖਾਉਂਗੇ ਕੋਈ ਵੀ ਦਾਜ ਮੰਗਣ ਦੀ ਹਿੰਮਤ ਨਹੀਂ ਕਰੂਗਾ ਭਾਬੀ। ਚੰਨੋ, ਇਹ ਤੂੰ ਕੀ ਕਹਿ ਰਹੀ ਹੈ? ਭਾਬੀ, ਕੱਲ੍ਹ ਨੂੰ ਜਿਨ੍ਹਾਂ ਮੁਟਿਆਰਾਂ ਦਾ ਵਿਆਹ ਹੋਵੇਗਾ, ਜੇਕਰ ਉਹਨਾਂ ਦੇ ਸਹੁਰੇ ਵੀ ਮੇਰੇ ਵਾਂਗ ਉਹਨਾਂ ਦੇ ਗਰੀਬ ਮਾਪਿਆਂ ਤੋਂ ਦਾਜ ਦੀ ਮੰਗ ਕਰਦੇ ਹਨ ਤਾਂ ਮੇਰੇ ਵੱਲੋਂ ਚੁੱਕਿਆ ਇਹ ਕਦਮ ਉਹਨਾਂ ਮੁਟਿਆਰਾਂ ਨੂੰ ਇੱਕ ਸੁਨੇਹਾ ਹੋਵੇਗਾ ਅਤੇ ਇੱਕ ਪ੍ਰੇਰਨਾ ਹੋਵੇਗੀ। ਮੈਂ ਸਮਾਜ ਨੂੰ ਦੱਸਾਂਗੀ ਕਿ ਸਦੀਆਂ ਤੋਂ ਸਮਾਜ ਦੇ ਠੇਕੇਦਾਰ ਜਿਸ ਮਸਲੇ ਦਾ ਹੱਲ ਨਹੀਂ ਕਰ ਸਕੇ, ਚੰਨੋ ਨੇ ਇਸ ਮਸਲੇ ਦਾ ਹੱਲ ਲੱਭ ਲਿਆ ਏ। ਭਾਬੀ ਨੀ ਭਾਬੀ, ਇਸ ਮਸਲੇ ਦਾ ਪੱਕਾ ਹੱਲ ਕੀ ਹੈ ਕੱਲ੍ਹ ਨੂੰ ਚੰਨੋ ਦੱਸੇਗੀ। ਚੰਨੋ ਨਾ, ਚੰਨੋ ਨਾ, ਕਮਲੀ ਨਾ ਬਣ। ਮੇਰੀ ਪਿਆਰੀ ਭਾਬੀ ਬਣ ਕੇ ਗਰੀਬ ਮਾਪਿਆਂ ਦਾ ਖਿਆਲ ਰੱਖੇਗੀ ਨਾ ਭਾਬੀ? ਹਾਂ ਹਾਂ। ਹੁਣ ਭਾਬੀ ਦੇਰ ਨਾ ਕਰ, ਛੇਤੀ ਬਾਪੂ ਦੇ ਸਿਰਾਣੇ ਪਈ ਬੰਦੂਕ ਮੇਰੀ ਦਾਜ ਵਾਲੀ ਪੇਟੀ 'ਚ ਰੱਖ ਦੇ ਭਾਬੀ। ਮੈਂ ਉਹਨਾਂ ਦਾਜ ਦੇ ਲੋਭੀਆਂ ਨੂੰ ਚੁਣ ਚੁਣ ਕੇ ਮਾਰਾਂਗੀ, ਚੁਣ ਚੁਣ ਕੇ ਮਾਰਾਂਗੀ, ਚੁਣ ਚੁਣ ਕੇ ਮਾਰਾਂਗੀ। Thank you.
ਲਾਲਚੀ ਪਰਿਵਾਰ ਨੂੰ ਮੂੰਹੋਂ ਮੰਗਿਆ ਦਾਜ ਦੇ ਕੇ ਆਪਣੀ ਜਿਗਰ ਦੀ ਬੋਟੀ ਚਰਨਜੀਤ ਕੌਰ ਨੂੰ ਭਿੱਜੀਆਂ ਅੱਖਾਂ ਨਾਲ ਦਿਲ ਤੇ ਪੱਥਰ ਰੱਖ ਕੇ ਸਹੁਰਿਆਂ ਦੇ ਰਾਹ ਪਾ ਦਿੱਤਾ। ਚੰਨੋ ਮਨ ਹੀ ਮਨ ਵਿੱਚ ਉਸਤਾਦ ਸ਼ਹਿਰ ਜਨਾਬ ਦੀਪਕ ਜੈਤੋਈ ਸਾਹਿਬ ਦੀਆਂ ਲਿਖੀਆਂ ਲਾਈਨਾਂ ਪੰਜਾਬ ਦੀ ਕੋਇਲ ਵਰਗੀ ਮਿੱਠੀ ਆਵਾਜ਼ ਦੀ ਮਾਲਕ ਸਵਰਗਵਾਸੀ ਨਰਿੰਦਰ ਬੀਬਾ ਨੇ ਆਪਣੀ ਬੁਲੰਦ ਅਤੇ ਦਰਦ ਭਰੀ ਆਵਾਜ਼ ਵਿੱਚ ਗਾਈਆਂ। ਆਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਗਾਉਂਦੀ ਗਾਉਂਦੀ ਆਪਣੀ ਜੂਹ ਟੱਪ ਜਾਂਦੀ ਹੈ। ਸ਼ਾਮ ਨੂੰ ਚਰਨਜੀਤ ਕੌਰ ਦੀ ਬਰਾਤ ਪਿੰਡ ਪੁੱਜ ਜਾਂਦੀ ਹੈ। ਲਾੜੇ ਚਮਕੌਰ ਸਿੰਘ ਦੀ ਲਾਲਚੀ ਮਾਂ ਅਤਰੋ ਦਾਜ ਵਿੱਚ ਲਿਆਂਦੇ ਸਮਾਨ ਦੀ ਖੁਸ਼ੀ ਵਿੱਚ ਖੀਵੀ ਹੋ ਕੇ ਆਂਢਣਾ ਗੁਆਂਢਣਾ ਤੇ ਜਿਸ ਤਰ੍ਹਾਂ ਹਵਾ ਕਰਦੀ ਹੈ ਉਸ ਸਮੇਂ ਦੇ ਹਾਲਾਤਾਂ ਨੂੰ ਢਾਡੀ ਜੱਥਾ ਮਹਿੰਦਰ ਸਿੰਘ ਸਿਵੀਆ ਸ਼ੇਰ ਸਿੰਘ ਨਮੋੜ ਸਰੰਗੀ ਮਾਸਟਰ ਨਛੱਤਰ ਸਿੰਘ ਛੱਤਾ ਹੇ ਇਉਂ ਦੱਸਦੇ ਹਨ। ਸੁਣੀ ਸਾਤੀਏ ਸੁਣੀ ਬਾਤੀਏ ਸੁਣ ਲੋ ਨੀ ਕੰਨ ਲਾ ਕੇ ਨੀ ਬੈਂਡ ਵਾਜਿਆਂ ਦੇ ਨਾਲ ਮੁੰਡਾ ਬੈਂਡ ਵਾਜਿਆਂ ਦੇ ਨਾਲ ਮੁੰਡਾ ਲਿਆਂਦਾ ਕੁੜੇ ਵਿਆਹ ਕੇ ਨੀ ਦਿਨ ਚੜਦੇ ਨਾਲ ਬਰੀ ਦਿਖਾਊ ਦਿਨ ਚੜਦੇ ਨਾਲ ਬਰੀ ਦਿਖਾਊ ਜੋ ਕੁੜਮਾ ਤੋਂ ਆਈ ਘਰ ਘਰ ਦੱਸਦੀ ਫਿਰੇ ਸਭ ਕੁਝ ਮਿਲਿਆ ਜਿਹੜੀ ਸੀ ਮੈਂ
ਲੰਮੀ ਲਿਸਟ ਬਣਾਈ ਕਰ ਕਰ ਦੱਸਦੀ ਹਨ। ਸੂਰਜ ਦੇਵਤਾ ਪੱਛਮ ਦੀ ਗੋਦ ਵਿੱਚ ਛੁਪ ਜਾਂਦਾ ਹੈ। ਦਾਜ ਵਿੱਚ ਲਿਆਂਦੇ ਸਮਾਨ ਦੀ ਚਿੰਤਾ ਨਾਲ ਬੁੱਢੜੀ ਦੇ ਢਿੱਡ ਵਿੱਚ ਵੱਟ ਉੱਠ ਰਹੇ ਸਨ। ਪਾਣੀ ਦੀ ਗੜਬੀ ਲੈ ਕੇ ਟੋਬੇ ਵੱਲ ਨੂੰ ਚਲੀ ਜਾਂਦੀ ਹੈ। ਵੇਖੋ ਲੋਕੋ, ਬੁੜੀ ਜੰਗਲ ਪਾਣੀ ਬੈਠੀ ਵੀ ਦਾਜ ਦਹੇਜ ਦੀਆਂ ਗੱਲਾਂ ਇਸ ਤਰ੍ਹਾਂ ਕਰ ਰਹੀ ਸੀ। ਨੀ ਮੱਥਾ ਟੇਕਦੀਆਂ ਭੂਆ ਜਿਉਂਦੀ ਰਹਿ ਬੁੱਢ ਸੁਹਾਗਣ ਹੋ, ਗੁਰੂ ਭਲਾ ਕਰੇ ਤੇਰਾ, ਮਹਾਰਾਜ ਤੈਨੂੰ ਬੱਚਾ ਦੇਵੇ। ਨੀ ਆ ਤਾਂ ਕੁਛ ਹੋਰ ਹੀ ਕੱਢ ਮਾਰਿਆ ਭੂਆ। ਕੁੜੇ ਕਿਹੜੀ ਹੈ ਤੂੰ, ਬੂ ਮੈਂ ਬਚ ਜਾ ਸਾਰੀ ਦੀ ਸਾਰੀ। ਹੋਟ ਤੂੰ ਤਾਂ ਤੁਰਕੁਰੇ ਲੈ ਦਿਆਲੀ, ਮੈਥੋਂ ਤਾਂ ਕੁਛ ਹੋਰ ਹੀ ਨਿਕਲ ਗਿਆ ਤੀ। ਮੈਂ ਤਾਂ ਪਮੱਤਰ ਜਾਨੀ ਆ, ਪਰ ਆਤੁਰ ਕੁਰੇ ਤੁਹਾਡੇ ਤਾਂ ਸੁੱਖ ਨਾਲ ਉਹ ਬੜੀ ਹੋਈ ਆ, ਚਿੱਟੇ ਚਿੱਟੇ ਭਾਂਡਿਆਂ ਵਾਲੀ। ਤੂੰ ਬਾਹਰ ਆਉਣੀ ਆ ਟੋਬੇ ਕਦੀ? ਨੀ ਉਹਦੀਆਂ ਕਾਹਦੀਆਂ ਗੱਲਾਂ ਕਰਦੀਆਂ ਭੂਆ, ਉੱਥੇ ਤੈਨੂੰ ਪੁੱਤ ਦਾ ਇੰਨਾ ਇਕੱਠ ਹੈ, ਮੇਰੇ ਤਾਂ ਵੱਟ ਉੱਠ ਖੜਿਆ, ਮੈਂ ਤਾਂ ਭੱਜੀ ਆਈ ਹਾਂ ਉਹਦੀ। ਨੀ ਨਾਲੇ ਮੈਂ ਕਹਿੰਦੀ ਹਾਂ ਤੇਰੇ ਵਰਗੀ ਕੋਲ ਆ ਕੇ ਢਿੱਡ ਹੌਲਾ ਕਰ ਲੂੰ ਬਿੰਦ। ਨਿਕੇਰਾ ਪਤਾ ਨਹੀਂ ਤਾਂ ਚੀਮੀ ਗਈ ਸੀ, ਪਤਾ ਨਹੀਂ ਤੁਹਾਡੀ, ਹਾਂ ਸੱਚ ਤੁਹਾਡੀ, ਮੇਰਾ ਭਤੀਜਾ ਵੱਡਾ ਸਫ਼ਰ ਹੈ ਨੀ, ਡੀ ਸੀ ਦੇ ਮੂਹਰੇ ਲੱਗੇ ਹੋਇਆ, ਉਹਦੇ ਕੋਲੇ ਗਈ ਸੀ ਮੇਰੇ ਉੱਠ ਖੜਿਆ ਬਾਟ, ਉਹ ਰਸੋਈ ਜੀ 'ਚ ਜਾ ਬੜੀ, ਮੈਂ ਤਾਂ ਤੁਰ ਕੁਰੇ ਚਿੱਟੇ ਚਿੱਟੇ ਭਾਂਡੇ ਜੇ ਲਵੇੜ ਨੂੰ ਜੀ ਨਾ ਕਰੇ, ਛੇਕੜ ਹਾਰ ਕੇ ਬਹਿਗੀ। ਮੇਰੇ ਕੋਲੋਂ ਤਾਂ ਇੱਕ ਗੋਲ ਜੀ ਟੂਟੀ ਘੁੰਮ ਗਈ, ਮੇਰੇ ਤਾਂ ਵੱਜੀ ਗੋਲੀ ਵਾਂਗੂ ਤੂਤਰੀ, ਮੈਂ ਤਾਂ ਬੌਂਦੜ ਕੇ ਖੜੀ ਹੋ ਗਈ, ਜਾਇ ਖਾਣੇ ਦੀ ਇੱਕ ਸੰਗਲੀ ਜੀ ਖਿੱਚੀ ਗਈ ਅਤਰਕੁਰੇ, ਚੱਲ ਵੀ ਭਾਖੜਾ, ਮੇਰੀ ਤਾਂ ਕਦੀ ਕਦਾਈ ਤੇ ਪਾਣੀ ਪੈ ਗਿਆ, ਐਂ ਹੁੰਦਾ ਭਾਈ। ਨੀ ਪਤਾ ਨੀ ਤਾਂ ਜੰਗੀਰੋ ਕਹਿੰਦੀ ਤੀ, ਪਤਾ ਨੀ ਦਲੀਪੋ, ਹਾਂ ਸੱਚ ਜੰਗੀਰੋ ਕਹਿੰਦੀ ਤੀ ਵੀ ਆਤਰੋ ਨੇ ਤਾਂ ਗਲ ਤੇ ਗੋਡਾ ਧਰ ਕੇ ਦਾਜ ਲੈਤਾ, ਤਾਂ ਮਾੜਾ ਤੁਹਾਡਾ ਕੀ ਵਿਆਹ ਕਰ ਲੂ। ਨੀ ਭੂਆ ਮਗਰੋਂ ਇਹ ਧੀਆਂ ਵਾਲੇ ਕਿਹਦੇ ਦਵਾਲ ਨੇ, ਮੈਂ ਤਾਂ ਅੜਕੇ ਦਾਜ ਲੈਤਾ, ਮਰੂਤੀ ਕਾਰ ਨੀ, ਪੀੜਾ ਸੈੱਟ, ਰੰਗੀਨ ਟੈਲੀਵਿਜ਼ਨ, ਫਰਿੱਜ, ਉਹ ਕਿਹੜੀ ਚੀਜ਼ ਹੈ ਜਿਹੜੀ ਲੈਤੀ ਨੀ, ਟਰੱਕ ਭਰ ਕੇ ਦਾਜ ਦਾ ਲੈਤਾ, ਨਾਲੇ ਜਾਂਦਿਆਂ ਨੂੰ ਪਲਾਏ ਬੱਤੇ, ਨੀ ਮਗਰੋਂ ਭਾਂਤ ਪਤੇਲੇ ਪਤਾਉੜ। ਨੀ ਮੈਂ ਤਾਂ ਲਾਲੀ ਟੀਸੀ ਪਲੇਟ ਦੀ, ਭੈਣੇ ਮੈਥੋਂ ਨੀ ਖੜਕੇ ਖਾਧਾ ਗਿਆ, ਮੈਂ ਤਾਂ ਬਹਿਗੀ ਫਿਰ ਸਮਾਰ ਕੇ। ਨੀ ਫਿਰ ਮੈਂ ਪੋਲਾ ਜਿਹਾ ਮਾਲ ਖਾਧਾ। ਪੋਲਾ ਜਿਹਾ ਮਾਲ? ਨੀ ਉਹੀ ਕਾਲੀਆਂ ਚਿੱਟੀਆਂ ਗੁਲਾਬ ਜਾਮਣ ਹੁੰਦੀਆਂ ਨੇ ਜਿਹੜੀਆਂ ਜੈਖਣੇ ਦੀਆਂ। ਅੱਛਾ ਉਹ ਉੱਠਦੇ ਲੇਡੇ ਜੇ? ਨੀ ਕੇਰਾ ਪਤਾ ਨੀ ਤਾਂ ਸੀਤੇ ਦਾ ਵਿਆਹ ਤੀ, ਪਤਾ ਨੀ ਖੇਤਲੇ ਮਿੱਠੂ ਦਾ, ਹਾਂ ਸੱਚ ਖੇਤਲੇ ਮਿੱਠੂ ਦਾ, ਉੱਥੇ ਖਾ ਲੇ ਤੇ ਭਾਈ, ਪਤਾ ਵਾਲੀ ਔਖੀ ਹੋਈ। ਨੀ ਹੁਣ ਤੂੰ ਰੋਟੀ ਵੇਲੇ ਦੀ ਸੁਣ ਲੈ ਪੂਗਾ, ਰੋਟੀ ਵੇਲੇ ਨੀ ਮਟਰ ਪਨੀਰ, ਨੀ ਸੁੱਕੀ ਗੋਭੀ, ਨੀ ਨਾਲੇ ਬੁਆਕ ਬਣਾਇਆ ਸੀ। ਨੀ ਬੁਆਕ ਨੀ ਹੁੰਦਾ ਤੁਰਕਦੇ, ਬੱਕਰਾ ਕਹਿ ਨੀ, ਬੁਆਕ ਤਾਂ ਹੁੰਦਾ ਜਿਹੜਾ ਬੱਕਰੀਆਂ ਦੀ ਫਿਰਦਾ ਵੱਡਾ ਸਾਧ। ਨੀ ਕੀ ਦੱਸਾਂ ਭੂਆ, ਮੈਂ ਤਾਂ ਵਾਲਾ ਕੁਛ ਖਾ ਬੈਠੀ, ਨੀ ਹੁਣ ਜੈਖਣ ਦਾ ਦਿਲ ਤੇ ਪਿੰਨਾ ਜਿਹਾ ਬਣਿਆ ਪਿਆ, ਨੀ ਨਾਲੇ ਤੇਜ਼ਾਬ ਤਾਂ ਪਹਿਲਾਂ ਹੀ ਬਣਦਾ, ਚਾਹ ਬਹੁਤੀ ਪੀਨੀਆਂ ਨਾ, ਨੀ ਕੀ ਕਰਾਂ, ਮੇਰੇ ਤਾਂ ਵੱਟ ਉੱਠ ਖੜਿਆ, ਨਾ ਤਾਂ ਪੁੱਤੇ ਦਾ ਕੁਛ ਆਉਂਦਾ ਨਾ ਕੁਛ ਜਾਂਦਾ, ਫੋਕਾ ਹੀ ਵੱਟ ਜਾ ਉੱਠੀ ਜਾਂਦਾ।
ਕਿਹੜਾ ਪਤਾ ਨਹੀਂ ਤਾਂ ਮੱਦੀ ਲਿਆਇਆ ਤੀ, ਪਤਾ ਨਹੀਂ ਜਾਈਲਾ। ਹਾਂ ਸੱਚ ਜਾਈਲਾ, ਨੀ ਝੰਡੂ ਵੈਦ ਕੋਲੋਂ ਲਿਆਇਆ ਤੀ ਦੋ ਗੋਲੀਆਂ ਜਾਂ ਕਾਲੀਆਂ ਜੀਆਂ, ਮੈਂ ਤਾਂ ਇੱਕੀ ਲਈ ਤੀ, ਮੈਂ ਤਾਂ ਖੱਸ ਦੇਣੇ ਆ ਗਈ। ਨਹੀਂ ਚੰਗਾ ਭੂਆ, ਹੁਣ ਮੈਂ ਜਾਣੀ ਆ, ਕਬੇਲਾ ਹੋਈ ਜਾਂਦਾ ਨਾਲੇ। ਨਾਲੇ ਭੂਆ ਯਾਦ ਰੱਖੀ ਤੜਕੇ ਕੱਪੜੇ ਦੇਖਣ ਆ ਜੀ, ਨਾਲੇ ਆਪਦੀ ਵੱਡੀ ਨੂੰਹ ਨੂੰ ਲਿਆਈ, ਨਾਲੇ ਛੋਟੀ ਨੂੰ ਜ਼ਰੂਰ ਆਈ। ਚੰਗਾ ਭਾਈ ਆ ਜਾਊਂਗੀ। ਵਾਹਿਗੁਰੂ ਵਾਹਿਗੁਰੂ, ਕਿਵੇਂ ਤੜਕੀ ਫਿਰਦੀ ਆ ਹੰਕਾਰੀ ਹੋਈ ਜੱਟੀ, ਆ ਜਵਾਨਾ ਆ ਗਿਆ ਭਾਈ। ਘਰ ਵਾਪਸ ਆ ਕੇ ਮੇਲ ਗੇੜ ਨੂੰ ਰੋਟੀ ਪਾਣੀ ਛਕਾ ਕੇ ਮੂੰਹ ਹੱਥ ਧੋ ਕੇ ਬੁੜੇ ਦੇ ਮੰਜੇ ਕੋਲ ਮੰਜੀ ਡਾ ਕੇ ਬੰਦ ਪਿਆ ਸਮਾਨ 5 ਲੱਖ ਨਕਦੀ ਵੇਖਣ ਲਈ ਉਤਾਵਲੀ ਬੁੜੀ ਨੂੰ ਨੀਂਦ ਨਹੀਂ ਸੀ ਆ ਰਹੀ। ਨੱਕੀ ਗੱਲ ਹੋ ਗਈ ਅਤਰ ਕੁੜੇ, ਨੀ ਪਾਸੇ ਜੇ ਮਰੀ ਜਾਨੀਆਂ ਨੀਂਦ ਨਹੀਂ ਆਉਂਦੀ ਤੈਨੂੰ? ਨੀਂਦ ਕਿੱਥੇ ਆਉਂਦੀ ਹੈ ਚਮਕੌਰ ਦੇ ਬਾਪੂ, ਮੇਰੇ ਤਾਂ ਕੁਛ ਹੋਰ ਹੀ ਹੋਈ ਜਾਂਦਾ। ਕਦੋਂ ਆ ਪਹਾੜ ਜਿੱਡੀ ਰਾਤ ਮੁੱਕੂ, ਤੇ ਕਦੋਂ ਆ ਪਿਆਟੀ ਖੁੱਲੂ, ਤੇ ਕਦੋਂ ਆ ਚਾਨਣ ਹੋਊ? ਦੇਖ ਲੈ ਅਤਰ ਕੁੜੇ, ਕਿੰਨਾ ਜ਼ਮਾਨਾ ਬਦਲ ਗਿਆ ਏ। ਹੈਂ, ਆਪਣੇ ਮੁੰਡੇ ਨੂੰ ਕਿੰਨਾ ਦਾਜ ਦਿੱਤਾ, ਤੇ ਤੁਹਾਡੇ ਬੁੜੇ ਨੇ ਇੱਕ ਤਾਂ ਸਾਈਕਲ ਦਿੱਤੀ ਸੀ, ਤੇ ਇੱਕ ਰੇਡੂਆ ਦਿੱਤਾ ਸੀ ਮੈਨੂੰ। ਬੇ ਤੁਹਾਡੇ ਕੀ ਛੁਣਛਣਾ ਸੀ, ਮਰ ਜਾਣਾ ਇੱਕ ਟੁੱਟੀ ਜਿਹੀ ਸੁਭਾਅ ਸੀ ਤੁਹਾਡੇ, ਤੇ ਇੱਕ ਉਹ ਟੁੱਟੀ ਜਿਹੀ ਸਲਾਨੀ। ਮੈਂ ਤੁਹਾਨੂੰ ਲਿਪਦੀ ਮਰ ਗਈ ਸੀ ਦੁਪਹਿਰਿਆਂ 'ਚ। ਆ ਜਿਹੜੀ ਤੂੰ ਸੁਭਾਅ ਦੀ ਗੱਲ ਸੁਣ ਲਾ ਮੈਥੋਂ। ਇੱਕ ਏਰਾ ਮੈਂ ਤੂੜੀ ਦਾ ਟੋਕਰਾ ਲੈ ਕੇ ਨਿਕਲਣ ਲੱਗੀ, ਉੱਧਰੋਂ ਮੇਰੇ ਚਮਕੌਰ ਨੇ ਹੋਣਾ ਸੀ। ਮੈਂ ਤਾਂ ਡਿੱਗਤ ਪੁੱਠੀ ਡਿੱਗ ਕੇ ਮਰ ਗਈ ਸੀ, ਉਹਦਾ ਪੁੱਠੀ ਵੀ ਬਚ ਗਈ ਮੈਂ ਤਾਂ। ਤੂੰ ਕਿਹੜਾ ਫਿਰ ਹੇਮਾ ਮਾਲਣੀ ਸੀ ਬੇ, ਤੂੰ ਕਿਹੜਾ ਤਲਵਿੰਦਰ ਸੀ। ਨੀ ਅਤਰ ਕੁਰੇ, ਕਿਰਾਂ ਤੇਰੇ ਯਾਦ ਹੈ ਜਦੋਂ ਮੈਂ ਤੈਨੂੰ ਲੈ ਰਹੇ ਤੋਂ ਪਹਿਲੀ ਵਾਰੀ ਬੋਤੇ ਤੇ ਲੈਣ ਗਿਆ ਸੀ, ਬੋਤੇ ਤੇ ਟੱਪੀ ਜਾਂਦੀ ਤੀ ਉੱਤੇ ਚੜ ਕੇ, ਗੱਟਾ ਤੜਾ ਲਿਆ ਤੀ ਤੈਂ ਪਤਾ। ਤੁਸੀਂ ਤਾਂ ਐਵੇਂ ਕਰੀ ਜਾਂਦਾ, ਪਤਾ ਕੀ ਗੱਲ ਹੈ, ਬੋਤਾ ਪਿਛੜ ਗਿਆ ਸੀ। ਚੰਗਾ ਚੰਗਾ, ਉਹ ਕੱਲ ਨੂੰ ਚੱਲਾਂਗੇ ਤੇਰੇ ਪੇਕੀ, ਉੱਥੇ ਮੈਂ ਬਣਾਊਂਗਾ ਪਤੀ ਟੌਰ ਮਰੂਤੀ ਲੈ ਕੇ, ਤੇ ਤੂੰ ਮੇਰੇ ਕੋਲੇ ਬੈਠੀ ਹੋਵੇਂਗੀ ਫਿਰ ਦੇਖੀ। ਬੇ ਰਹਿਣ ਦੇ ਰਹਿਣ ਦੇ, ਸਾਈਕਲ ਤੈਨੂੰ ਚਲਾਉਣਾ ਨਹੀਂ ਆਉਂਦਾ, ਐਵੇਂ ਕਿਸੇ ਟਰੱਕ ਥੱਲੇ ਵਾਰ ਦੇਗਾ ਵੱਡਾ ਡਰਾਈਵਰ। ਇੰਨਾ ਇਕੱਠਾ ਪੈਸਾ ਮੈਂ ਨਹੀਂ ਕਦੇ ਦੇਖਿਆ। ਨੀ ਕਿਉਂ ਚਬਰ ਚਬਰ ਲਾਈਏ, ਤੜਕੇ ਦੇਖ ਲਈ ਤੂੰ, ਮੂੰਹ ਅੱਡੇ ਰਹਿ ਜਾਣਗੇ ਸਰੀਕਣੀਆਂ ਦੇ ਟਰੱਕ ਦਾਜ ਦਾ ਦੇਖ ਕੇ। ਓਏ ਚੰਗਾ ਚੰਗਾ, ਹੁਣ ਪੈ ਵੀ ਜਾ, ਖਬਰੇ ਕੋਈ ਸੁਪਨਾ ਹੀ ਆ ਜੇ। ਚੰਗਾ ਬੇ, ਸੁਪਨਾ ਤਾਂ ਹੀ ਆਊ ਜੇ ਨੀਂਦ ਆਊ। ਨੀ ਤੂੰ ਚੁੱਪ ਕਰ ਜਾ, ਹੁਣ ਦਿਮਾਗ ਨਾ ਖਾ, ਪੈ ਜਾ ਅੱਖ ਮਿੱਚੀ ਤੇ, ਰਾਤ ਕੜੀ ਸੀ, ਸੌ ਜਾ ਚੁੱਪ ਕਰਕੇ। ਪ੍ਰਭਾਤ ਹੋਈ, ਗੁਰਦੁਆਰਾ ਸਾਹਿਬ ਗ੍ਰੰਥੀ ਸਾਹਿਬ ਨੇ ਬਾਕ ਲਿਆ। ਸਭ ਤੋਂ ਪਹਿਲਾਂ ਅਤਰੋ ਬੁੜੀ ਮੰਜੇ ਤੋਂ ਜੰਪ ਮਾਰ ਕੇ ਉੱਠੀ, ਪਹਿਲਾਂ ਤੇ ਇਸ਼ਨਾਨ ਪਾਣੀ ਕਰ ਹੀ ਲੈਂਦੀ ਸੀ, ਅੱਜ ਦਾਜ ਵਿੱਚ ਲਿਆਂਦੇ ਸਮਾਨ ਨੂੰ ਦੇਖਣ ਵਾਸਤੇ ਕਾਲੀ ਨੇ ਕੇਵਲ ਤੇ ਕੇਵਲ 5 ਇਸ਼ਨਾਨਾਂ ਕਰਕੇ ਨਵੀਂ ਵਿਹੁਲੀ ਬਹੂ ਕੋਲੋਂ ਆਂਢਣਾ ਗੁਆਂਢਣਾਂ ਨੂੰ ਦਾਜ ਦਾ ਸਮਾਨ ਵਿਖਾਉਣ ਵਾਸਤੇ ਸੰਦੂਕ ਦੀਆਂ ਚਾਬੀਆਂ ਇਸ ਤਰ੍ਹਾਂ ਮੰਗ ਰਹੀ ਸੀ। ਕੁੜੇ ਪੁੱਤ ਚਰਨਜੀਤ, ਉੱਠ ਖੜ ਕੁੜੇ, ਨਹਾ ਧੋ ਲੈ ਕੁੜੇ, ਸਾਰੀਆਂ ਆਂਢਣਾ ਗੁਆਂਢਣਾਂ ਆਉਂਦੀਆਂ ਨੇ, ਕੱਪੜਾ ਲੀੜਾ ਦਿਖਾਉਣਾ ਹੈ, ਛੇਤੀ ਖੋਲ ਪੇਟੀ। ਬੇਬੇ ਜੀ, ਇੰਨੀ ਵੀ ਕਾਹਲੀ ਕਾਹਦੀ ਹੈ, ਹਜੇ ਤਾਂ ਸੁਖ ਨਾਲ ਸਾਰੇ ਦਿਨ ਪਿਆ। ਬੇਬੇ ਜੀ, ਮੈਂ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਨਾ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਕਰ ਲਓ, ਜਿਹੜੀ ਮੈਂ ਤੁਹਾਡੇ ਵਾਸਤੇ ਚੀਜ਼ ਲੈ ਕੇ ਆਈ ਹਾਂ ਨਾ,
ਤਾਂ ਜੋ ਮੈਂ ਸਾਰਿਆਂ ਦੇ ਸਾਹਮਣੇ ਤੁਹਾਨੂੰ ਦਿਖਾਵਾਂ। ਬੇਬੇ ਜੀ, ਮੈਂ ਪੇਟੀ ਸਾਰਿਆਂ ਦੇ ਸਾਹਮਣੇ ਖੋਲ੍ਹ ਕੇ ਅਤੇ ਜਿਹੜੀ ਚੀਜ਼ ਤੁਹਾਡੇ ਵਾਸਤੇ ਲਿਆਂਦੀ ਹੈ ਨਾ, ਸਾਰਿਆਂ ਸਾਹਮਣੇ ਤੁਹਾਨੂੰ ਪੇਸ਼ ਕਰਾਂਗੀ। ਵੇ ਚਮਕੌਰ ਦੇ ਬਾਪੂ, ਵੇ ਚਮਕੌਰ, ਵੇ ਛੇਤੀ ਆਓ। ਆਹ ਜਿਹੜੀ ਸਪੈਸ਼ਲ ਚੀਜ਼ ਲੈ ਕੇ ਆਈ ਹੈ ਬਹੂ, ਉਹ ਤਾਂ ਸਾਰਿਆਂ ਦੇ ਸਾਹਮਣੇ ਦਿਖਾਉਣ ਨੂੰ ਫਿਰਦੀ ਹੈ। ਕੁੜੇ ਆਓ ਦੇਖ, ਕੁੜੇ ਨਛੱਤਰ ਕੁਰ ਵੀ ਆਉਂਦੀ ਹੈ, ਕੁੜੇ ਉਹਦਾ ਚੱਠੇ ਵਾਲੀ ਬਲਵੀਰ ਕੁਰ ਵੀ ਆਉਂਦੀ ਹੈ। ਨੀ ਵਾਹੋ, ਮੈਂ ਸਦਕੇ ਜਾਵਾਂ, ਨੀ ਬੀਬਾ ਭੂਆ ਵੀ ਆ ਗਈ। ਵਾਗਦੂ ਵਾਗਦੂ, ਇੰਨਾ ਇਕੱਠ, ਇਹ ਤਾਂ ਇੱਕ ਪਿੰਡ ਦੇ ਦੋ ਪਿੰਡ ਹੋਏ ਪਏ ਨੇ ਭਾਈ। ਦਿਖਾਓ ਕੁੜੇ ਕੱਪੜਾ ਲੀੜਾ। ਨੀ ਖੜ ਜਾ ਭੂਆ, ਇਹ ਤਾਂ ਉਦੋਂ ਪੇਟੀ ਖੋਲੂ, ਮੈਨੂੰ ਕਹਿੰਦੀ ਹੈ ਜਿਹੜੀ ਤੇਰੇ ਵਾਸਤੇ ਸਪੈਸ਼ਲ ਚੀਜ਼ ਲਿਆਈਆਂ ਸਾਰਿਆਂ ਦੇ ਸਾਹਮਣੇ ਦਿਖਾਊਗੀ। ਇਹ ਤਾਂ ਮੈਨੂੰ ਲਿਆਓ ਕੁੜੇ, ਛੇਤੀ ਦਿਖਾਓ, ਮੈਂ ਵੀ ਦੇਖਾ। ਨੀ ਕੇਰਾਂ, ਪਤਾ ਨਹੀਂ ਤਾਂ ਗਿੰਦਰ ਦਾ ਵਿਆਹ ਧੀ, ਪਤਾ ਨਹੀਂ ਜੰਟੇ ਦਾ। ਹਾਂ ਸੱਚ, ਜੰਟੇ ਦਾ। ਉਹਨਾਂ ਦੀ ਬਹੂ ਨੇ ਜਦੋਂ ਪੇਟੀ ਖੋਲੀ, ਐਡਾ ਸੱਪ ਨਿਕਲਿਆ ਵਿੱਚੋਂ ਭਾਈ। ਕੀ ਬੀਬੋ ਭੂਆ, ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ, ਸਗਨਾਂ ਦੇ ਦਿਨ ਕਈ ਗੱਲਾਂ ਬੋਲਦੀਆਂ। ਓਕੇ, ਮੁਰਦਾ ਬੋਲੂ ਕੱਫਣ ਪਾੜੂ। ਚੱਲ ਕੁੜੇ ਬਹੂ, ਖੋਲ ਪੇਟੀ, ਮੇਰਾ ਤਾਂ ਕੁਛ ਵਾਰ ਹੀ ਪਾਈ ਜਾਂਦਾ। ਨੀ ਦਿਖਾ ਜਿਹੜੀ ਸਪੈਸ਼ਲ ਚੀਜ਼ ਆ, ਕਿਤੇ ਮੇਰਾ ਪਹਿਲਾਂ ਹੀ ਨਾ ਹਾਲਤ ਬੇਹਾਲ ਹੋਇਆ ਜਾ ਵੀਰ। ਲੈ ਬੁੱਢੜੀਏ, ਹੁਣ ਰੱਖ ਲਾ ਦਿਲ ਤੇ ਹੱਥ, ਤੇ ਮੈਂ ਇੱਕ ਤੈਨੂੰ ਅਜਿਹੀ ਚੀਜ਼ ਦਿਖਾਉਣ ਜਾ ਰਹੀ ਹਾਂ ਜਿਸ ਨੂੰ ਦੇਖ ਕੇ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਰਹਿੰਦੀ। ਦੇਖ ਲੈ ਸਪੈਸ਼ਲ ਚੀਜ਼, ਮੈਂ ਤਾਂ ਭਾਈ ਚੱਲੀ ਆਉ ਦੀ ਲੜਾਈ ਆਪ ਲੜੋ। ਮੈਂ ਤਾਰੂ ਪੰਜ ਦਰਿਆ ਦੀ ਪੰਜਾਬ ਦੀ ਜਾਈ, ਮੈਂ ਰੱਖ ਕੇ ਵੇ ਸੰਦੂਕ ਦੇ ਬੰਦੂਕ ਲਿਆਈ। ਮੈਂ ਖਾਧਾ ਅੰਨ ਪੰਜਾਬ ਦਾ ਅਤੇ ਪੀਤਾ ਪਾਣੀ, ਮੈਂ ਸੇਕੀ ਧੁੱਪ ਪੰਜਾਬ ਦੀ ਅਤੇ ਛਾਂਬੀ ਮਾਣੀ। ਮੈਂ ਨਾਲ ਗੋਲੀਆਂ ਮਾਰਨਾ ਅੱਜ ਸੱਸ ਤੇ ਸਹੁਰਾ, ਮੈਂ ਨੀ ਜਿਉਂਦਾ ਛੱਡਣਾ ਵਿਆਂਦੜ ਚਮਕੌਰਾ। ਮੈਂ ਬੁੱਕੇ ਵਿੱਚ ਸਮਾਜ ਦੇ ਅੱਜ ਬਣ ਕੇ ਛੀਣੀ, ਮੈਂ ਸਿਵੀਆ ਲੋਭੀ ਪਰਿਵਾਰ ਦੀ ਅੱਜ ਰੱਤ ਹੈ ਪੀਣੀ। ਪੰਜਾਬ ਦੀ ਅਣਖੀਲੀ ਮੁਟਿਆਰ ਚਰਨਜੀਤ ਕੌਰ ਨੇ ਬੋਲ ਕੇ ਵਾਹਿਗੁਰੂ ਗਜਾ ਕੇ ਜਕਾਰਾ, ਚੁੱਕ ਕੇ ਬੰਦੂਕ ਜਿਸ ਤਰ੍ਹਾਂ ਲੋਭੀ ਲਾਲਚ ਪਰਿਵਾਰ ਦੀ, ਟਿੰਬਰੀ ਟਾਇਟ ਫਟਕੜੀ ਫੁੱਲ ਦੀਵਾ ਗੁੱਲ ਕੱਟੇ ਤੇ ਝੁੱਲ ਪਾਇਆ। ਉਹ ਸਮੇਂ ਦੇ ਦਰਸ਼ ਨੂੰ ਅੰਮ੍ਰਿਤਸਰੀ ਆਤਿਸ਼ਬਾਜ਼ੀ ਵਰਗੀ ਆਵਾਜ਼ ਵਿੱਚ ਸ਼ੇਰ ਸਿੰਘ ਨਮੋਲ, ਸਰੰਗੀ ਮਾਸਟਰ ਨਛੱਤਰ ਸਿੰਘ ਛੱਤਾ ਹੈ, ਇਉਂ ਬਿਆਨ ਕਰਦੇ ਹਨ। ਸਤਿਨਾਮ ਵਾਹਿਗੁਰੂ ਬੋਲ ਕੇ ਮਹਿੰਦੀ ਵਾਲੇ ਹੱਥੀ ਨਾਲ
ਪਤਾ ਨਹੀਂ ਤਾਂ ਭਾਈ ਆਦਰ ਉਹਦਾ ਗੜਤੀ, ਪਤਾ ਨਹੀਂ ਚਮਕਾਉਦਾ, ਪਤਾ ਨਹੀਂ ਬੁੜਾ ਮਾਂਜਤਾ। ਅੱਬਾ ਨਹੀਂ ਮਾਂ ਦੀ ਧੀਆਂ ਧੀਆਂ ਚਾਹੀਦੀਆਂ ਨੇ, ਦਾਜ ਵਾਲਿਆਂ ਦਾ ਹਾਲ ਹੁੰਦਾ ਭਾਈ। ਪੰਜਾਬ ਦੀ ਅਣਖੀਲੀ ਮਟਿਆਰ ਚਰਨਜੀਤ ਕੌਰ ਨੇ ਲੋਭੀ ਲਾਲਚੀ ਪਰਿਵਾਰ ਦਾ ਇਸ ਤਰ੍ਹਾਂ ਕੀਰਤਨ ਸੋਹਲਾ ਪੜ੍ਹ ਕੇ ਭੋਗ ਪਾਇਆ। ਅੰਤ ਵਿੱਚ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਸ਼ਹਿਰ ਉੱਘੇ ਗੀਤਕਾਰ ਬਚਨ ਬੇਦਲ ਬੜਰੁੱਖਾਂ ਵਾਲਿਆਂ ਦੇ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸੰਦੂਕ ਬੰਦੂਕ ਪੰਜਾਬੀ ਸੱਭਿਆਚਾਰ ਦੀ ਕੈਸਟ ਤੁਹਾਡੇ ਹੱਥਾਂ ਤੱਕ ਪੁੱਜੀ ਹੈ। ਅੰਤ ਵਿੱਚ ਮੈਂ ਆਪਣੇ ਸੱਜਣਾਂ ਮਿੱਤਰਾਂ ਦੋਸਤਾਂ ਔਰ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀਆਂ ਪਹਿਲੀਆਂ ਕੈਸਟਾਂ ਰਾਜ ਪਲਟਾ, ਬੰਬ ਧਮਾਕਾ, ਸਾਕਾ ਨੀਲਾ ਤਾਰਾ, ਚੱਕ ਲੋ ਪਨਿਹਾਰੇ ਵਾਲੇ ਨੂੰ ਢੇਰ ਸਾਰਾ ਪਿਆਰ ਦੇ ਕੇ ਧੰਨਵਾਦੀ ਬਣਾਇਆ। ਅਖੀਰ ਵਿੱਚ ਢਾਡੀ ਜੱਥੇ ਦਾ ਪਤਾ ਨੋਟ ਕਰੋ, ਪਿੰਡ ਸਿਵੀਆ, ਢਾਡੀ ਜੱਥਾ ਮਹਿੰਦਰ ਸਿੰਘ ਸਿਵੀਆ, ਜ਼ਿਲ੍ਹਾ ਸੰਗਰੂਰ, ਫੋਨ 23-62-27, ਮੋਬਾਈਲ 98-154-18-27। ਭੁੱਲਾਂ ਚੁੱਕਾਂ ਦੀ ਖਿਮਾ ਕਰੋ, ਇੱਕ ਵਾਰੀ ਫਿਰ ਪਿਆਰ ਦਾ ਸਬੂਤ ਦਿਓ, ਫਤਿਹ ਗਜਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।